ਡਾਕਟਰ ਸਾਹਿਬ, ਮੰਨ ਲਓ ਖਬਰੇ ਪਤਾ ਨਹੀਂ ਇਹ ਕੀ ਹੈ, ਕਈ ਵਾਰੀ ਇੱਦਾਂ ਹੁੰਦਾ ਵੀ ਬੰਦੇ ਦੀ ਸ਼ਕਲ ਵੀ ਮੂਹਰੇ ਅੱਖਾਂ 'ਤੇ ਫਿਰਦੀ ਹੁੰਦੀ ਆ, ਬੰਦਾ ਦਿਸਦਾ ਹੁੰਦਾ, ਨਾ ਨਹੀਂ ਕੀਤੇ ਹੁੰਦਾ। ਆ ਪਿਛਲੇ ਕਈ ਦਿਨਾਂ ਤੋਂ ਨਾ ਬੰਦਾ ਇੱਕ ਵੀ ਮਤਲਬ ਬੰਦਾ ਵੱਡਾ ਆ, ਖਬਰੇ ਪੰਜਾਬ ਲਈ, ਖਬਰੇ ਚੰਡੀਗੜ੍ਹ ਲਈ, ਉਹ ਅਨਪਾਣੀ ਛੱਡਿਆ, ਭੁੱਖਾ ਹੀ ਮਰ ਗਿਆ ਸੀ ਵਿਚਾਰਾ। ਅੱਛਾ, ਸਮਝ ਆਈ ਹੁਣ ਮੈਨੂੰ। ਅੱਛਾ, ਉਹ ਤੁਸੀਂ ਸ਼ਹੀਦ ਫੇਰੂ ਮਾਨ ਦੀ ਗੱਲ ਕਰਦੇ? ਹਾਂ, ਦਰਸ਼ਨ ਸਿੰਘ ਫੇਰੂ ਮਾਨ, ਤੁਹਾਡੇ ਬੱਚੇ ਜੀ। ਉਹ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਮਸਲੇ 'ਤੇ, ਹਾਂਜੀ ਹਾਂਜੀ, ਉਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਪੰਜਾਬ ਨੂੰ ਇੱਕ ਸੂਬਾ ਬਣਾਉਣ ਲਈ ਬਹੁਤ ਵੱਡੀ ਲਹਿਰ ਚੱਲੀ ਸੀ। ਹਾਂਜੀ ਹਾਂਜੀ ਹਾਂਜੀ, ਇਹ ਪਹਿਲਾਂ ਅੰਗਰੇਜ਼ਾਂ ਨੇ ਤਾਂ ਇੱਦਾਂ ਸੂਬੇ ਬਣਾਏ ਸੀ ਜਿੱਦਾਂ ਐਡਮਿਨਿਸਟ੍ਰੇਟਿਵ ਯੂਨਿਟ ਅਸੀਂ ਕਹਿੰਦੇ, ਉਹਨਾਂ ਨੇ ਤਾਂ ਸਾਡੇ 'ਤੇ ਰਾਜ ਹੀ ਕਰਨਾ ਸੀ। ਹਾਂਜੀ ਹਾਂਜੀ, ਔਰ ਉਹਨਾਂ ਨੂੰ ਇਹ ਨਹੀਂ ਸੀ ਪਰਵਾਹ ਹੁੰਦੀ ਵੀ ਇਹ ਲੋਕ ਕਦੇ ਇਕੱਠੇ ਰਹਿੰਦੇ, ਇਹਨਾਂ ਦੀ ਬੋਲੀ ਇੱਕ ਹੈ ਜਾਂ ਨਹੀਂ, ਇਹਨਾਂ ਦਾ ਕੋਈ ਇਤਿਹਾਸਿਕ ਤੌਰ 'ਤੇ ਇਕੱਠੇ ਰਹੇ ਜਾਂ ਸੂਬੇ ਜਾਂ ਨਹੀਂ ਇਕੱਠੇ ਰਹੇ। ਹਾਂਜੀ ਹਾਂਜੀ, ਉਹਨਾਂ ਨੇ ਆਪਣੇ ਰੂਲ ਦੇ ਹਿਸਾਬ ਨਾਲ ਉਹ ਬਣਾਏ ਸੀ ਸੂਬੇ, ਉਹ ਆਪਣੀ ਸਹੂਲਤ ਦੇ ਹਿਸਾਬ ਨਾਲ, ਇੱਥੋਂ ਦੀ ਜਾਣਾ, ਇੱਥੋਂ ਦੀ ਘੋੜੇ ਲੰਘਣੇ ਸੌਖੇ ਹੋ ਜਾਣ, ਇੱਥੋਂ ਦੀ ਗੱਡੀਆਂ ਲੰਘਣੀਆਂ ਸੌਖੀਆਂ ਹੋ ਜਾਣ, ਕੰਟਰੋਲ ਕਰਨਾ ਸੀ। ਹਾਂਜੀ ਹਾਂਜੀ, ਪਰ ਉਹ ਸਾਡੇ ਇਸ ਤੋਂ ਬਾਅਦ ਇੱਕ ਇਹ ਵੈਸੇ ਯੂਰਪੀਅਨ ਸੋਚਣੀ ਆ ਜਿਹਨੂੰ ਅਸੀਂ ਨੇਸ਼ਨ ਸਟੇਟ ਕਹਿੰਦੇ ਹਾਂ, ਉਹਦੇ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜਿਹੜੇ ਇੱਕ ਸਟੇਟ ਆ ਉਹਦੇ ਵਿੱਚ ਇੱਕ ਨੈਸ਼ਨੈਲਿਟੀ, ਇੱਕ ਕੌਮ, ਜਿਹੜੀ ਕੌਮ ਇਤਿਹਾਸਿਕ ਤੌਰ 'ਤੇ ਇਕੱਠੀ ਰਹਿੰਦੀ ਹੋਵੇ, ਜਿਹਦੀ ਬੋਲੀ ਇੱਕ ਹੋਵੇ, ਜਿਹਦਾ ਸੱਭਿਆਚਾਰ ਇੱਕ ਹੋਵੇ, ਸੋ ਉਸ ਤਰੀਕੇ ਦੀਆਂ ਸਟੇਟਸ ਹੋਣੀਆਂ ਚਾਹੀਦੀਆਂ। ਅਤੇ ਇਹ ਕਾਂਗਰਸ ਵਾਲਿਆਂ ਨੇ ਵੀ ਇਹ ਕਿਹਾ ਸੀ ਜਦੋਂ ਅਸੀਂ ਹਿੰਦੁਸਤਾਨ ਆਜ਼ਾਦ ਹੋ ਗਿਆ ਨਾ, ਅਤੇ ਅਸੀਂ ਇੱਦਾਂ ਸੂਬੇ ਬਣਾਉਣੇ ਆ ਜਿਨ੍ਹਾਂ ਦੀ ਬੋਲੀ ਇੱਕ ਹੋਵੇ, ਬੋਲੀ ਦੇ ਆਧਾਰ 'ਤੇ ਜ਼ਰੂਰ ਇੱਕ ਸੂਬਾ ਬਣਨਾ ਚਾਹੀਦਾ, ਉਹਨਾਂ ਦਾ ਸੱਭਿਆਚਾਰ ਇੱਕ ਹੋਵੇ। ਸੋ ਇਸ ਕਰਕੇ ਪੰਜਾਬ ਦਾ ਸੂਬਾ ਜਦੋਂ ਬਣਨ ਦੀ ਗੱਲ ਚੱਲੀ ਸੀ ਅਤੇ ਉਹ 1956 'ਚ ਇੱਕ ਰੀਔਰਗੇਨਾਈਜੇਸ਼ਨ ਆਫ ਸਟੇਟਸ ਦਾ ਕਮਿਸ਼ਨ ਬਣਾਇਆ ਸੀ ਇਹਨਾਂ। ਹਾਂਜੀ ਹਾਂਜੀ, ਅਤੇ ਤੁਹਾਨੂੰ ਯਾਦ ਹੋਣਾ ਉਦੋਂ ਪੰਜਾਬ ਦੇ ਵਿੱਚ ਬਹੁਤ ਲਹਿਰਾਂ ਚੱਲੀਆਂ ਕਿਉਂਕਿ ਉਸ ਕਮਿਸ਼ਨ ਨੇ ਨਾ ਕਰਤੀ ਪੰਜਾਬ ਨੂੰ ਬੋਲੀ ਦੇ ਆਧਾਰ 'ਤੇ ਇੱਕ ਸੂਬਾ ਬਣਾਉਣ ਲਈ। ਵੈਸੇ ਇੱਕ ਗੱਲ ਹੈ ਡਾਕਟਰ ਸਾਹਿਬ, ਜਦੋਂ ਹੁਣ ਤੁਸੀਂ ਚਾਨਣ ਪਾਉਣ ਲੱਗੇ ਹੀ ਆ, ਵੀ ਜੇ ਪਹਿਲਾਂ ਬਿਨਾਂ ਪੰਜਾਬ ਸੂਬਾ ਬਣਾਏ ਬਗੈਰ ਗੱਡੀ ਚੱਲੀ ਜਾਂਦੀ ਸੀ, ਕੰਮ ਰਿੜੀ ਜਾਂਦਾ ਸੀ, ਅਤੇ ਆਹ ਮਤਲਬ ਹੁਣ ਬਣਾਇਆ ਵੀ ਕੀ, ਉਹ ਸੂਬਾ ਸੀ, ਸੂਬੀ ਜੀ ਬਣਾ ਤੀ, ਮਤਲਬ ਕੋਈ ਇਹਦਾ ਕੋਈ ਫਾਇਦਾ ਹੋਇਆ ਜੀ ਉੱਦਾਂ? ਦੇਖੋ, ਇਹ ਇੱਕ ਜਦੋਂ ਬੋਲੀ ਦੀ ਗੱਲ ਆਉਂਦੀ ਆ ਉਹਦੇ 'ਤੇ ਇੱਕ ਮਸਲਾ ਬਣ ਜਾਂਦਾ ਸੀ। ਹੁਣ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰ ਲੈਂਦੇ ਹਾਂ, ਹਾਂਜੀ ਹਾਂਜੀ, ਉਹਦੇ ਰਾਜ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਸੀ, ਉਹਦੇ ਰਾਜ ਦੇ ਵਿੱਚ ਥੋੜ੍ਹੇ ਜਿਹੇ ਪਸ਼ਤੂਨ ਇਲਾਕੇ ਵਿੱਚ ਵੀ ਸੀ, ਉਹਦੇ ਵਿੱਚ ਜੰਮੂ ਕਸ਼ਮੀਰ ਵੀ ਸੀ, ਪਰ ਉਦੋਂ ਇੱਦਾਂ ਦੇ ਰਾਜ ਨਹੀਂ ਸੀ ਪਹਿਲਾਂ ਜਿਹੜੇ ਫਿਊਡਲ ਸਮੇਂ ਦੇ ਹੁੰਦੇ। ਪਰ ਹੁਣ ਇਹਨਾਂ ਨੂੰ ਇੱਕ ਜਿਹੜੀ ਵੱਡੀ ਗੱਲ ਸੀ ਉਹ ਸੀਗੀ ਸਕੂਲ ਸਿਸਟਮ ਜਦੋਂ ਅਸੀਂ ਬਣਾਉਣਾ ਨਾ, ਸਕੂਲਾਂ ਦੇ ਵਿੱਚ ਪੜ੍ਹਾਈ ਕਿਹੜੀ ਜ਼ਬਾਨ 'ਚ ਹੋਵੇ? ਅੱਛਾ ਅੱਛਾ ਅੱਛਾ, ਸੋ ਜੇ ਅਸੀਂ ਪੰਜਾਬੀ ਹਾਂ ਤਾਂ ਪੰਜਾਬੀ ਜ਼ਬਾਨ ਹੋਊਗੀ, ਜਿਹੜੇ ਹਰਿਆਣੇ ਦੇ ਵਿੱਚ ਜਾਂ ਹਿਮਾਚਲ 'ਚ ਲੋਕ ਰਹਿੰਦੇ ਸੀ ਉਹ ਕਹਿੰਦੇ ਸੀ ਸਾਡੀ ਹਿੰਦੀ ਜ਼ਬਾਨ ਹੈ, ਸਾਨੂੰ ਹਿੰਦੀ ਵਿੱਚ ਪੜ੍ਹਾਈ ਕਰਾਓ। ਸੋ ਇਸ ਮਸਲੇ ਦੇ ਕਰਕੇ ਉੱਥੇ ਇਹ ਇਹ ਤੁਸੀਂ ਕਹੋ ਕਿ ਲਹਿਰ ਚਲਾਉਣੀ ਪਈ ਜਾਂ ਉਹ ਇੱਕ ਐਸਾ ਵੱਡਾ ਮਸਲਾ ਬਣ ਗਿਆ, ਬਾਕੀਆਂ ਦੇ ਵੀ ਸਾਡੇ ਇਕੱਲਿਆਂ ਦੇ ਨਹੀਂ ਸੀ, ਮੋਰਚੇ ਲੱਗੇ, ਮੋਰਚੇ ਬਾਕੀਆਂ ਦੇ ਵੀ ਲੱਗਦੇ ਸੀ। ਆਂਧਰਾ ਪ੍ਰਦੇਸ਼ ਵਾਲਿਆਂ ਨੇ ਮੋਰਚਾ ਲਾਇਆ ਸੀ, ਮਹਾਰਾਸ਼ਟਰ ਵਾਲਿਆਂ ਨੇ ਮੋਰਚਾ ਲਾਇਆ, ਗੁਜਰਾਤ ਵਾਲਿਆਂ ਨੇ ਲੱਗੇ ਸੀ, ਉੱਥੇ ਸਾਊਥ ਦੇ ਵਿੱਚ ਹੋਰ ਸਟੇਟਸ ਦੇ, ਔਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਕਿ ਕਈਆਂ ਨੇ ਮਰਨ ਵਰਤ ਹੋਰਨਾਂ ਨੇ ਵੀ ਰੱਖੇ ਸੀ। ਹਾਂ, ਇਹ ਪਹਿਲਾਂ ਵੀ ਰੱਖੇ ਗਏ ਆ, ਉਹ ਛੱਡਦੇ ਰਹੇ ਕਹਿੰਦੇ, ਉਹ ਜਾਂ ਛਡਾ ਲਿਆ ਉਹਨਾਂ ਦੇ। ਉਹ ਇਹ ਵੈਸੇ ਇੱਕ ਤਰੱਕੀ ਹੁੰਦੀ ਆ ਕਿ ਤੁਸੀਂ ਜਿਹੜੀ ਸਿਆਸੀ ਮੰਗ ਹੈ, ਬਾਹ ਮਰੋੜ ਨਹੀਂ ਜਾਣੀ, ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਨੀ ਵੀ ਮੈਂ ਮਰ ਜਾਊਂਗਾ, ਨਹੀਂ ਤਾਂ ਫਿਰ ਤੁਸੀਂ ਜੇ ਮੇਰੀ ਗੱਲ ਮੰਨੋ। ਪਰ ਉਹ ਨਾਲ ਦੇ ਜ਼ਰੂਰ ਬੰਦੇ ਹੁੰਦੇ ਆ ਜਿਹੜੇ ਤੁਹਾਡੇ ਸਿਆਸੀ ਪਾਰਟੀ ਦੇ, ਉਹ ਫਿਰ ਕਹਿ ਕਹਾ ਕੇ ਛਡਾ ਲੈਂਦੇ, ਉਹ ਜਾ ਕੇ ਅੰਦਰਗਤੀ ਗੱਲ ਕਰਕੇ ਆਉਣਗੇ, ਉਹ ਕਹਿਣਗੇ ਕਿ ਠੀਕ ਹੈ ਜੀ ਇਹਨਾਂ ਦੀ ਗੱਲ ਹੁਣ ਮੰਨ ਲੈਣੀ, ਅਸੀਂ ਗੱਲਬਾਤ ਸ਼ੁਰੂ ਕਰਨੀ ਹੈ। ਪਰ ਹੁਣ ਆਪਾਂ ਗੱਲ ਕਰਦੇ ਹਾਂ ਸ਼ਹੀਦ ਫੇਰੂ ਮਾਨ ਦੀ। ਉਹਦਾ ਨਾ ਕਿਸੇ ਨੇ ਕੀਤਾ ਕੱਖ ਵੀ, ਨਾ ਉਹਦਾ ਜਾਨ ਦਾ ਫਿਕਰ ਕੀਤਾ, ਹੁਣ ਇੱਥੇ 10 ਦਿਨ ਰੱਖੇ ਉਹਨੂੰ ਹੁੰਦੇ, ਚੱਕ ਕੇ ਹਸਪਤਾਲ ਲਈ ਜਾ ਕੇ ਦੁੱਧ ਪਿਲਾ ਦਿੰਦੇ। ਹੁਣ ਤਾਂ ਕਈ ਤਾਂ ਦੋ ਤਿੰਨਾਂ ਦਿਨਾਂ ਬਾਅਦ ਹੀ ਉਹ ਕਹਿੰਦੇ ਬੇਹੋਸ਼ ਹੋ ਜਾਂਦੇ ਆ। ਪਰ ਤੁਸੀਂ ਦਰਸ਼ਨ ਸਿੰਘ ਫੇਰੂ ਬੜਾ ਟਾਈਮ ਕੱਢਿਆ ਜੀ, ਕਹਿੰਦੇ ਉਹਨੇ ਕਿੰਨਾ ਕੁ ਟਾਈਮ ਕੱਢ ਗਏ? 74 ਦਿਨ ਕੱਢੇ ਉਹਨਾਂ ਨੇ। ਬਾਲਾ ਬਾਲਾ। ਅੱਛਾ ਬਾਬਾ ਜੀ, ਹੋਰ ਗੱਲ ਹੈ, ਦੇਖੋ ਉਹਨਾਂ ਦੀ ਉਮਰ ਬੜੀ ਸੀ ਉਸ ਵੇਲੇ, ਉਹ 84-85 ਸਾਲ ਦੀ ਉਮਰ 'ਚ ਉਹਨਾਂ ਨੇ ਵਰਤ ਰੱਖਿਆ। ਅੱਜ ਕੱਲ੍ਹ ਤੁਸੀਂ ਨੌਜਵਾਨ ਤੋਂ ਵਰਤ ਰਖਾ ਕੇ ਦੇਖੋ, 2 ਦਿਨਾਂ ਬਾਅਦ ਹੀ ਉਹਨੂੰ ਬੇਹੋਸ਼ੀ ਪੈਣੀ ਸ਼ੁਰੂ ਹੋ ਜਾਂਦੀ। ਸਹੀ, ਬੜੇ ਇੱਕ ਸੱਚੇ ਸੁੱਚੇ ਸਿੱਖ, ਮਿਹਨਤ ਕਰਨ ਵਾਲੇ ਇਨਸਾਨ ਸੀ,
ਸੱਚੇ ਸੁੱਚੇ ਦਾ ਉਹਨਾਂ ਦਾ ਪਤਾ ਲੱਗ ਗਿਆ, ਕਿਉਂਕਿ ਉਹਨਾਂ ਨੇ ਜਿਹੜੀ ਗੱਲ 'ਤੇ ਕਿਹਾ ਜਿਹੜੀ ਕਿ ਮੈਂ ਗੱਲ ਵਰਤ ਤੇ ਗੱਲ ਰੱਖਿਆ, ਕੀਤੀ ਤੋੜ ਚੜਾਈ, ਉਹ ਤੋੜ ਚੜਾਈ ਉਹਨਾਂ ਨੇ ਬਾਕੀਆਂ ਨੂੰ ਪਖੰਡ ਨਹੀਂ ਕੀਤਾ। ਅੱਛਾ, ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਬੜੀ, ਇੱਕ ਅੰਮ੍ਰਿਤਸਰ ਜ਼ਿਲ੍ਹੇ ਦਾ ਡਿਸਟ੍ਰਿਕਟ ਹੈ, ਇੱਕ ਪਿੰਡ ਹੈ ਜਿੱਥੋਂ ਉਹ ਪੈਦਾ ਹੋਏ, ਉਹ ਉਹਨਾਂ ਨੇ ਪਹਿਲਾਂ ਅੰਗਰੇਜ਼ੀ ਫੌਜ ਦੇ ਵਿੱਚ ਥੋੜ੍ਹੀ ਜਿਹੀ ਨੌਕਰੀ ਵੀ ਕੀਤੀ। ਅੱਛਾ ਜੀ। ਉਹ ਪਹਿਲਾਂ ਜਿਹੜੀ ਸੰਸਾਰ ਦੀ ਜੰਗ ਹੋਈ ਸੀ ਉਹਦੇ ਵਿੱਚ ਲੜਾਈ ਵੀ ਵੱਡੀ ਕੀਤੀ ਸੀ, ਲੜਾਈ ਵੱਡੀ ਲੜਾਈ ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਬੜੀ ਲੜਾਈ ਕੀਤੀ, ਦੇਸ਼ ਭਗਤ ਹੋਇਆ ਫਿਰ ਤਾਂ, ਦੇਸ਼ ਭਗਤ ਪੂਰੇ ਜੀ। ਉਹਨਾਂ ਨੇ ਪਹਿਲਾਂ ਜੈਤੋਂ ਦੇ ਮੋਰਚੇ ਦੇ ਵਿੱਚ ਜਿੱਥੇ ਅੰਗਰੇਜ਼ਾਂ ਨੇ ਸਾਥ ਦਿੱਤਾ, ਜਿਹੜੇ ਪਹਿਲਾਂ ਪਖੰਡੀ ਸਾਧ ਬੈਠੇ ਹੁੰਦੇ ਸੀ ਗੁਰਦੁਆਰਿਆਂ ਨੂੰ ਲੈ ਕੇ, ਅਤੇ ਇਹ ਜਦੋਂ ਸਿੱਖ ਸੁਧਾਰ ਲਹਿਰ ਚੱਲੀ ਆ, ਜੈਤੋਂ ਦਾ ਮੋਰਚਾ ਚੱਲਿਆ ਉਹਦੇ ਵਿੱਚ, ਫਿਰ ਜਦੋਂ ਬਾਕੀ ਕਾਂਗਰਸ ਦੀ ਮੂਵਮੈਂਟ ਚੱਲਦੀ ਸੀ ਉੱਥੇ ਕਿ ਅੰਗਰੇਜ਼ਾਂ ਨੂੰ ਬਾਹਰ ਕੱਢਣਾ ਹੈ, ਨਾ ਮਿਲਵਰਤਨ ਅੰਦੋਲਨ ਜਿਹੜਾ ਚੱਲਦਾ ਸੀ ਮਹਾਤਮਾ ਗਾਂਧੀ ਦਾ, ਉਸ ਵੇਲੇ ਵੀ ਉਹਨਾਂ ਨੇ ਹਿੱਸਾ ਲਿਆ। ਉਹਨਾਂ ਨੇ ਜੇਲ੍ਹਾਂ ਚੱਲੀਆਂ, ਉਹਨਾਂ ਨੇ ਤਸੀਹੇ ਚੱਲੇ। ਉਹ ਐਸੇ ਵਧੀਆ ਇਨਸਾਨ ਸੀ, ਉਹ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਜਦੋਂ ਜੇ ਪੰਜਾਬ ਬਣਾ ਹੀ ਦਿੱਤਾ ਆ, 1966 ਦੇ ਵਿੱਚ ਪੰਜਾਬ ਬਣਾਇਆ, ਅਤੇ ਉਹਦੇ ਵਿੱਚੋਂ ਸਾਡੀ ਜਿਹੜੀ ਰਾਜਧਾਨੀ ਹੁਣ ਤਾਂ ਅੱਧੀ ਰਹਿ ਗਈ ਜੀ, ਉਹ ਚੰਡੀਗੜ੍ਹ ਪਹਿਲਾਂ ਕਹਿੰਦੇ ਸੀ ਪੰਜਾਬ ਨੂੰ ਮਿਲਣਾ, ਅਤੇ ਭਾਖੜਾ ਡੈਮ ਦਾ ਕੰਟਰੋਲ ਵੀ ਉਹਨਾਂ ਨੇ ਸੈਂਟਰ ਨੇ ਰੱਖਿਆ, ਫਿਰ ਪੰਜਾਬੀ ਬੋਲਦੇ ਇਲਾਕੇ ਜਿਹੜੇ ਸੀ ਉਹ ਹਰਿਆਣੇ ਨੂੰ ਦੇ ਦਿੱਤੇ, ਅਤੇ ਇਹਨਾਂ ਨੇ ਇਸ ਗੱਲ 'ਤੇ ਕਿਹਾ। ਬਾਕੀ ਕਹਿੰਦੇ ਤਾਂ ਬਾਕੀ ਅਕਾਲੀ ਲੀਡਰ ਵੀ ਸੀ, ਪਰ ਉਹ ਤਾਂ ਉੱਪਰੋਂ ਉੱਪਰੋਂ ਕਹਿੰਦੇ ਹੁੰਦੇ ਸੀ ਗੱਲ। ਇਹ ਦੇਖੋ ਜੀ, ਕਹਿੰਦੇ ਜਵਾਨੀ 'ਚ ਜਿਹੜਾ ਦੌੜਿਆਂ 'ਚ ਜ਼ੋਰ ਹੋਵੇ ਤਾਂ ਲੜਾਈਆਂ ਪੁੱਗ ਜਾਂਦੀਆਂ, ਮਤਲਬ ਇਹ ਬੰਦਾ ਆਖਰੀ ਉਮਰ ਤੱਕ ਲੜਿਆ। ਮੈਂ ਚਾਹੂੰਗਾ ਜੀ ਤੁਸੀਂ ਇਹਦੇ ਬਾਰੇ ਸਾਨੂੰ ਕੋਈ ਹੋਰ ਦੱਸੋ, ਪਰ ਆਪਾਂ ਜਦ ਤੱਕ ਆ ਮਸ਼ਹੂਰੀਆਂ ਦੇਖ ਲੈਂਦੇ ਹਾਂ। ਚਲੋ ਠੀਕ। ਅਸੀਂ ਤੁਹਾਡੀ ਲੋੜ ਮੁਤਾਬਕ ਤੁਹਾਨੂੰ ਪ੍ਰੋਪਰਟੀ ਲੱਭ ਕੇ ਦੇ ਸਕਦੇ ਹਾਂ। ਕਮਰਸ਼ੀਅਲ ਜਾਂ ਰੈਜੀਡੈਂਸੀ ਪ੍ਰੋਪਰਟੀ ਖਰੀਦਣ ਜਾਂ ਵੇਚਣ ਦੇ ਲਈ ਭਰੋਸੇਯੋਗ ਅਤੇ ਇਮਾਨਦਾਰ ਸੇਵਾ ਪ੍ਰਾਪਤ ਕਰਨ ਲਈ ਪਲੀਜ਼ ਕਾਲ ਮੀ ਐਟ 778-552-7636। ਕੀ ਹੋਇਆ, ਕਿਸ ਨਾਲ ਲੜਕੇ ਹੈਗੀਆਂ? ਤੁਹਾਨੂੰ ਤਾਂ ਹਰ ਵੇਲੇ ਮਜ਼ਾਕ ਹੀ ਸੁੱਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਕਮਾਈਆਂ ਪਈਆਂ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗੋਡ, ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ? ਆਹ ਇੰਨੀ ਕੀ ਗੱਲ? ਜਦੋਂ ਆਪਾਂ ਨਾ ਕਰਾਉਣ ਇਮੀਗ੍ਰੇਸ਼ਨ ਦੇ ਰਾਜਪਾਲ ਪੋਲੀਟਿਕਲ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057878744। ਤੋਂ ਪਹਿਲਾਂ ਆਪਾਂ ਗੱਲ ਕਰਦੇ ਸੀ ਬਈ ਸਿਆਣਾ ਸਰੀਰ ਹੋਵੇ ਬੰਦੇ ਨੂੰ ਪਤਾ ਹੁੰਦਾ ਬਈ ਅੱਗੇ ਜਦੋਂ ਜਵਾਨੀ 'ਚ ਖੁਰਾਕਾਂ ਖਾਧੀਆਂ ਹੁੰਦੀਆਂ ਉਦੋਂ ਤਾਂ ਪੁੱਗ ਜਾਂਦਾ ਬੰਦਾ, ਭੁੱਖ ਕੱਟ ਜਾਂਦਾ। ਇਹ ਬੰਦੇ ਨੇ ਬਜ਼ੁਰਗੀ ਵਿੱਚ ਆ ਕੇ ਵੀ ਮਤਲਬ ਐਡਾ ਸਿਰੜ ਕੀਤਾ ਜੀ, ਇਹਦੇ ਪਿੱਛੇ ਕੋਈ ਤਾਂ ਗੱਲ ਹੋਊਗੀ ਨਾ ਜੀ? ਦੇਖੋ, ਇੱਕ ਤਾਂ ਇਨਸਾਨ ਹੀ ਵੱਖਰੀ ਕਿਸਮ ਦੇ ਸੀ, ਇੱਕ ਪੁਰਾਣੇ ਬਜ਼ੁਰਗਾਂ ਨੇ ਚੰਗੀਆਂ ਖੁਰਾਕਾਂ ਵੀ ਖਾਧੀਆਂ ਸੀ, ਇਹ ਵੀ ਗੱਲ ਹੈਗੀ ਆ, ਅਤੇ ਦੂਜਾ ਇਹ ਉਹਨਾਂ ਬਜ਼ੁਰਗਾਂ 'ਚੋਂ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਕਿਆ ਹੀ ਜਿਹੜਾ ਉਹਨਾਂ ਨੇ ਆਪਣਾ ਸੁਨੇਹਾ ਦਿੱਤਾ ਕਿ ਜੇ ਜ਼ੁਲਮ ਕਰਨਾ ਪਾਪ ਆ ਤਾਂ ਜ਼ੁਲਮ ਸਹਿਣਾ ਵੀ ਪਾਪ, ਸਹਿਣਾ ਵੀ ਪਾਪ ਆ। ਔਰ ਸਾਡੇ ਇੱਕ ਕਵੀ ਨੇ ਕਿਹਾ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦਾ ਆਖਰੀ ਸੁਨੇਹਾ ਲੋਕਾਂ ਦੇ ਨਾਂ, ਉਹ ਕਹਿੰਦੇ ਕਿ ਜੇ ਤੁਸੀਂ ਮੈਨੂੰ ਆਪਣਾ ਸਰਦਾਰ ਮੰਨਿਆ ਸੀ ਤਾਂ ਫਿਰ ਮੁੱਲ ਵੀ ਸਰਦਾਰੀਆਂ ਦਾ ਤਾਰ ਚੱਲਿਆ ਹਾਂ, ਦੇਵਣ ਲਈ ਉਦਾਹਰਣ ਜੱਗ ਦੇ ਕੌਮੀ ਨੇਤਾਵਾਂ ਨੂੰ, ਸਿੰਘਾਂ ਤੋਂ ਵਾਰ ਪਹਿਲਾਂ ਆਪਣਾ ਪਰਿਵਾਰ ਚੱਲਿਆ। ਗੱਲ ਤਾਂ ਇਹ ਨਾ ਵੀ ਕਹਿੰਦੇ ਘਰੋਂ ਸ਼ੁਰੂ ਕੀਤਾ, ਘਰੋਂ ਸ਼ੁਰੂ ਕੀਤਾ ਆਪਣੀ। ਦੇਖੋ, 84-85 ਸਾਲ ਦੀ ਉਮਰ ਦੇ ਵਿੱਚ ਸੈਂਟਰਲ ਜੇਲ੍ਹ ਅੰਮ੍ਰਿਤਸਰ ਦੇ ਵਿੱਚ ਸੀ ਉਸ ਵੇਲੇ। ਇਹਨਾਂ ਨੇ ਕਿਹਾ ਕਿ ਬਾਕੀ ਵੀ ਉੱਥੇ ਤੁਹਾਨੂੰ ਸੁਣਿਆ ਹੀ ਹੋਣਾ, ਉਹਨਾਂ ਦਿਨਾਂ ਦੇ ਵਿੱਚ ਹੜਤਾਲਾਂ ਕਰ ਦਿੰਦੇ ਸੀ, ਫਿਰ ਉਹਨਾਂ ਨੂੰ ਜਾ ਕੇ ਜੂਸ ਪਿਲਾ ਦੇਣਾ। ਉਹ ਪਖੰਡੀ ਸਾਧ ਕਈ ਬੈਠੇ ਸੀ ਅਕਾਲੀ ਦਲ 'ਚ ਵੀ, ਦੂਸਰਿਆਂ ਦੇ ਵਿੱਚ ਵੀ। ਤੂੰ ਕਿਹੜਾ ਰੱਖ ਸੀ ਕਿਤੇ, ਤੈਨੂੰ ਕਰਨ ਤੋਂ ਹੋਰ ਦਿੰਦੇ ਆ ਕੁਝ ਕਹਿਣਾ ਇਹਨਾਂ 'ਤੇ? ਮੇਰਾ ਖਿਆਲ ਉਹ ਜਿਹੜੇ ਨਾਲ ਦੇ ਲੀਡਰ ਸੀ ਉਹਨਾਂ ਨੂੰ ਲੱਗਾ ਕਿ ਇੱਕ ਸੱਚਾ ਸੁੱਚਾ ਸਿੱਖ ਆ, ਇਹ ਜੇ ਵਾਕਿਆ ਇਹ ਇੱਦਾਂ ਹੀ ਜਿਉਂਦਾ ਰਹਿ ਗਿਆ ਅਤੇ ਲੋਕਾਂ ਦੇ ਵਿੱਚ ਇਹਦੀ ਜ਼ਿਆਦਾ ਸ਼ਾਖ ਹੋਣੀ, ਇਹ ਤਾਂ ਮਰਿਆ ਹੀ ਚੰਗਾ, ਇਹਨੂੰ ਇਹਨੂੰ ਨਿਬੇੜੋ। ਸੋ ਉਹਨਾਂ ਦੇ ਵਿੱਚੋਂ ਕਿਸੇ ਨੇ ਕੋਈ ਨੈਗੋਸ਼ੀਏਟ ਨਹੀਂ ਕੀਤਾ, ਕਿਸੇ ਨੇ ਕੋਈ ਕੋਸ਼ਿਸ਼ ਨਹੀਂ ਕੀਤੀ, ਨਹੀਂ ਤਾਂ ਕੋਈ ਨਾ ਕੋਈ ਦਾਅ ਪੇਚ ਲੱਭ ਲੈਂਦੇ ਆ ਜਿਹਦੇ ਵਿੱਚ ਉਹਨਾਂ ਨੂੰ ਕਹਿਣਾ ਕਿ ਤੁਸੀਂ ਛੱਡੋ। 74 ਦਿਨ ਲਗਾਤਾਰ ਇਹ ਇੱਕ ਐਸੀ ਉਮਰ ਦੇ ਵਿੱਚ ਕੱਢਣੇ, ਉਹ ਵੀ ਸਿਰੜੀ ਸਰਦਾਰ ਨੇ, ਔਰ ਸਾਰੀ ਉਮਰ ਜਿਸ ਤਰ੍ਹਾਂ ਉਹ ਜੀਏ ਉਸੇ ਤਰੀਕੇ ਨਾਲ। ਮੌਤ ਤਾਂ ਵੈਸੇ ਹਰ ਇੱਕ ਨੂੰ ਆਉਣੀ ਆਉਣੀ ਹੈ ਜੀ। ਉਹ ਕਹਿੰਦੇ ਨੇ ਕਿ ਇੱਕ ਮੌਤ ਹੁੰਦੀ ਜਿਹੜੀ ਇੰਨੀ ਹਲਕੀ ਆ,
ਉਹ ਦੂਜੀ ਮੌਲ ਮੌਤ ਹੁੰਦੀ ਜਿਹੜੀ ਪਹਾੜੋਂ ਭਾਰੀ ਹੈ, ਅਤੇ ਉਹਨਾਂ ਦੀ ਜਿਹੜੀ ਮੌਤ ਹੋਈ ਆ, ਸ਼ਹਾਦਤ ਹੋਈ ਆ, ਉਹ ਪਹਾੜੋਂ ਭਾਰੀ ਸੀ। ਜੇ ਕਿਤੇ ਬੰਦਾ ਜੀਦਾ ਰਹਿੰਦਾ ਜੀ, ਮੈਂ ਸੋਚਦਾ ਨਕਸ਼ਾ ਸ਼ਾਇਦ ਬਦਲ ਹੀ ਦਿੰਦਾ ਜੀ ਪੰਜਾਬ ਦਾ। ਉਹ ਇੱਦਾਂ ਦੇ ਇਹ ਸੀਗੇ ਹੋਰ ਬਜ਼ੁਰਗ ਸੀਗੇ ਜਿਨ੍ਹਾਂ ਨੂੰ ਮੇਰਾ ਖਿਆਲ ਜਿਹੜੇ ਘਾਕ ਬੈਠੇ ਆ ਨਾ ਸਾਡੇ ਉੱਥੇ ਸਿਆਸੀ, ਹਾਂਜੀ ਹਾਂਜੀ, ਉਹਨਾਂ ਨੂੰ ਵੀ ਇਹ ਹੁੰਦਾ ਕਿ ਜਿਹੜੇ ਚੰਗੇ ਸੱਚੀ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦਾ ਸੁਧਾਰ ਹੋ ਜਾਵੇ, ਉਹ ਕਹਿੰਦੇ ਜਦੋਂ ਉੱਠਦੇ ਆ ਕੁਰਸੀ ਵੀ ਨਾਲ ਹੀ ਚੁੱਕਦੇ ਆ, ਤੇ ਉਹਨਾਂ ਨੂੰ ਦੱਸਿਆ ਵੀ ਇਹਨਾਂ ਬੰਦਿਆਂ ਨੂੰ ਬਾਹਰ ਰੱਖੋ, ਕਿਉਂਕਿ ਉਹ ਟਕਸਾਲੀ ਅਕਾਲੀ ਸੀ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਕੁਰਬਾਨੀਆਂ 'ਤੇ ਲਾਈ, ਜਿਨ੍ਹਾਂ ਨੇ ਨਕਸ਼ਾ ਦੇਖਿਆ ਸੀ ਕਿ ਜੇ ਸਾਡਾ ਇੱਕ ਪੰਜਾਬ ਦਾ ਸੂਬਾ ਬਣ ਜਾਏ ਅਸੀਂ ਇਹਨੂੰ ਵਿਕਾਸ ਕਰਕੇ ਰੱਖ ਦੇਵਾਂਗੇ। ਹੁਣ ਉਹ ਲੀਡਰ ਹੈ ਜਿਨ੍ਹਾਂ ਨੇ ਸਾਡੇ ਨੌਜਵਾਨਾਂ ਨੂੰ ਭੜਕਾ ਕੇ ਉਹਨਾਂ ਦੇ ਕਤਲ ਕਰਾ ਕੇ ਆਪਣੇ ਮੁੰਡੇ ਸਾਰੇ ਹੁਣ ਮੰਤਰੀ ਬਣਾਏ ਇਹਨਾਂ ਨੇ, ਇਹਨਾਂ ਦੇ ਮੁੰਡਿਆਂ ਨੇ ਨਹੀਂ ਸਾਡੀ। ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਉਦਾਹਰਣ ਲੈਂਦੇ ਹਾਂ, ਮਿਸਾਲ ਲੈਂਦੇ ਹਾਂ, ਇੱਕ ਪਾਸੇ ਕੁੜਮ ਲੈ ਲੈ, ਇੱਕ ਪਾਸੇ ਗਾਂ ਮੁੰਡੇ ਦੇ ਸਹੁਰੇ ਲੈ ਲੈ, ਤਾਂ ਕਹਿੰਦੇ ਇਹ ਵੀ ਆਪਣੇ ਆਪ ਨੂੰ ਸਿੱਖ ਹੀ ਆ, ਅਤੇ ਇੱਕ ਪਾਸੇ ਉਹ ਸਿੱਖ ਜਿਹੜੇ ਜਿਨ੍ਹਾਂ ਨੇ ਪਰਿਵਾਰ ਵਾਰ ਦਿੱਤੇ, ਇੱਕ ਪਾਸੇ ਉਹ ਸਿੱਖ ਆ ਜਿਹੜੇ ਹੁਣ ਮਲਕ ਭਾਗੋ ਐਕਚੁਲੀ ਸਰਦਾਰ ਬਣੇ ਆ, ਸੱਜਣ ਠੱਗ ਉਹਨਾਂ ਦੇ ਬਣੇ। ਇਹ ਨਾ ਤੁਸੀਂ ਉਹ ਗੱਲ ਕੀਤੀ ਸੀ ਵੀ ਪੰਜਾਬੀ ਦੇ ਆਧਾਰ 'ਤੇ, ਬੋਲੀ ਦੇ ਆਧਾਰ 'ਤੇ ਸੂਬਾ ਪੰਜਾਬੀ ਦਾ, ਪੰਜਾਬੀਆਂ ਦਾ ਪੰਜਾਬੀ ਸੂਬਾ ਬਣਾਤਾ। ਇਹ ਹੁਣ ਜਿਹੜਾ ਪਿਛਲੇ ਦਿਨੀ ਉੱਥੇ ਕੰਮ ਦੇਖ ਕੇ ਆਇਆ ਮੈਂ ਜੀ, ਵੀ ਜਿਹੜਾ ਨਿਆਣਾ ਸਕੂਲ 'ਚ ਪੰਜਾਬੀ ਬੋਲਦਾ ਫੜ ਲੈਂਦੇ ਆ ਨਾ, ਉਹਨੂੰ ਸਜ਼ਾ ਦਿੱਤੀ ਜਾਂਦੀ ਹੈ ਉੱਥੇ ਪੰਜਾਬੀ 'ਤੇ। ਉਹਨੇ ਪੰਜਾਬ 'ਚ ਗੱਛ ਨਹੀਂ ਫੇਰ ਦਿੱਤੀ ਹੈਗੀ, ਮਤਲਬ ਉਹ ਕਹਿੰਦੇ ਜਾਂ ਅੰਗਰੇਜ਼ੀ 'ਚ ਗੱਲ ਕਰੋ ਜਾਂ ਹਿੰਦੀ 'ਚ ਗੱਲ ਕਰੋ। ਇੱਕ ਮੈਂ ਕਿਤੋਂ ਸੁਣਿਆ ਕੋਈ ਬੰਦਾ ਭਾਸ਼ਣ ਕਰ ਰਿਹਾ ਸੀ, ਕਹਿੰਦਾ ਵੀ ਇਹ ਗੱਲ ਉੱਦਾਂ ਹੀ ਨਹੀਂ ਹੋ ਗਈ, ਇਹ ਸਰਕਾਰ ਦੀ ਅੰਦਰੋਂ ਗਤੀ ਕਹਿੰਦੇ ਬਣਾਈ ਹੋਈ ਨੀਤੀ, ਇੱਦਾਂ ਦੀ ਗੱਲ ਵੀ ਹੈ ਜੀ ਕੋਈ? ਇਹ ਇਹ 'ਚ ਕੋਈ ਸ਼ੱਕ ਨਹੀਂ ਹੈ, ਤਰਾਸਦੀ ਹੋਈ ਆ ਕਿ ਜਿਸ ਬੋਲੀ ਲਈ, ਜੇ ਇਹ ਬੋਲੀ ਬਾਬਾ ਬੁੱਲੇ ਸ਼ਾਹ ਦੀ, ਬਾਬਾ ਫਰੀਦ ਦੀ, ਗੁਰੂ ਨਾਨਕ ਦੀ ਬੋਲੀ ਆ, ਔਰ ਇਹ ਇਹ ਐਡੀ ਵੱਡੀ ਬੋਲੀ ਹੈ, 13ਵੀਂ ਵੱਡੀ ਬੋਲੀ ਦੁਨੀਆ ਦੇ ਵਿੱਚ ਪੰਜਾਬੀ। ਇੱਥੇ ਵੀ ਕਹਿੰਦੇ ਮਤਲਬ ਇਹਦਾ ਇਹਦਾ ਹੁਣ ਗਿਣਤੀ 'ਚ ਆਉਂਦੀ, ਮੈਂ ਤਾਂ ਏਅਰਪੋਰਟ 'ਤੇ ਉੱਥੇ ਹਵਾਈ ਅੱਡੇ 'ਤੇ ਦੇਖਿਆ ਉੱਥੇ ਪੰਜਾਬੀ ਲਿਖੀ ਹੋਈ, ਆਹ ਹਸਪਤਾਲਾਂ ਜਾਂ ਬੱਸਾਂ ਦੇ ਵਿੱਚ ਕਈ ਜਗ੍ਹਾ 'ਤੇ ਪੰਜਾਬੀ ਲਿਖੀ ਹੋਈ ਦੇਖੀ, ਬੋਰਡ ਪੰਜਾਬੀ 'ਚ ਦੇਖੇ ਆ, ਆਹ ਸਾਰੀ ਸੜਕ ਕਿਹੜੀ ਹੈ ਜੀ ਆਪਣੀ, ਉੱਥੇ ਪੰਜਾਬੀ ਦੇ ਬੋਰਡ ਲਿਖੇ ਹੋਏ ਸਾਰੇ। ਹੋਰ ਤਾਂ ਹੋਰ, ਤੁਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਹੋ, ਯੂਨੀਵਰਸਿਟੀਆਂ ਦੇ ਵਿੱਚ ਇੱਥੇ ਪੜ੍ਹਦੇ ਹੋ ਤੁਸੀਂ, ਹਾਂਜੀ ਹਾਂ, ਤੁਸੀਂ ਜੇ ਪੰਜਾਬੀ ਪੜ੍ਹਨੀ ਪੜ੍ਹ ਸਕਦੇ ਹੋ। ਅੱਛਾ ਜੀ। ਪਰ ਹੁਣ ਉੱਥੇ ਜਿਹੜੇ ਲੋਕ ਕੁਰਬਾਨੀਆਂ ਤਾਂ ਦੇਗਾ ਸ਼ਹੀਦ ਫੇਰੂਮਾਨ ਵਰਗੇ, ਉਹ ਜਿਹੜੇ ਲੋਕਾਂ ਨੇ ਦੇ ਹੱਥ ਉਹ ਤਾਕਤ ਆਈ ਆ, ਜਿਨ੍ਹਾਂ ਨੇ ਲੋਕਾਂ ਦੇ ਧੀਆਂ ਪੁੱਤ ਗੋਲੀਆਂ ਨਾਲ ਮਰਾਏ ਆ ਜਾਂ ਮਾਰੇ ਆ, ਉਹਨਾਂ ਦੇ ਪੁੱਤ ਹੁਣ ਬੈਠੇ ਆ ਮੰਤਰੀ ਬਣ ਕੇ। ਉਹਨਾਂ ਦੇ ਪੁੱਤਾਂ ਨੂੰ ਮੇਰਾ ਖਿਆਲ ਨਹੀਂ ਕਿਸੇ ਨੂੰ ਪੰਜਾਬੀ ਆਉਂਦੀ ਹੋਣੀ ਪੜ੍ਹਨੀ, ਨਹੀਂ ਆਉਂਦੀ ਜੀ। ਹੁਣ ਜਿਹੜਾ ਸਿਸਟਮ ਆ, ਪੰਜਾਬੀ ਗੌਰਮੈਂਟ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਜਾਂਦੀ ਸੀ, ਪੜ੍ਹੀ ਜਾਂਦੀ ਸੀ, ਔਰ ਪੰਜਾਬੀ ਦਾ ਵਿਕਾਸ ਵੀ ਇਸੇ ਕਰਕੇ ਥੋੜ੍ਹਾ ਚਿਰ ਹੋਇਆ। ਹੁਣ ਜਿਹੜਾ ਉਹ ਸਿਸਟਮ ਚੱਲਿਆ, ਉਹ ਕਹਿ ਲਓ ਕਿ ਗਿਣੀ ਮਿੱਥੀ ਚਾਲ ਹੈ, ਜਾਂ ਇਹ ਜੋ ਗਲੋਬਲ ਸਿਸਟਮ ਦੁਨੀਆ ਦੇ ਚੱਲ ਰਿਹਾ ਪ੍ਰਾਈਵੇਟਾਈਜੇਸ਼ਨ ਦਾ, ਉਹ ਉੱਥੇ ਪੰਜਾਬ ਦੇ ਵਿੱਚ ਵੀ ਆ ਗਿਆ ਕਿ ਜਿਹੜੇ ਸਰਕਾਰੀ ਸਕੂਲ ਸੀ ਉਹ ਇਸ ਤਰੀਕੇ ਨਾਲ ਖਤਮ ਕੀਤੇ ਗਏ ਆ ਗਿਣੀ ਮਿੱਥੀ ਸਾਜਿਸ਼ ਦੇ ਨਾਲ। ਹੁਣ ਦੀ ਜਿਹੜੀਆਂ ਸਟੱਡੀਜ਼ ਆ ਉਹ ਕਹਿੰਦੀਆਂ ਕਿ ਉੱਥੇ ਜਾਂ ਦਲਿਤਾਂ ਦੇ ਬੱਚੇ ਜੋ ਬਹੁਤ ਗਰੀਬ ਹੈ, ਅਤੇ ਜਾਂ ਫਿਰ ਜਿਹੜੇ ਬਾਹਰੋਂ ਮਜ਼ਦੂਰ ਬਿਹਾਰੀ ਪ੍ਰਵਾਸੀ ਮਜ਼ਦੂਰ ਉਹਨਾਂ ਦੇ ਬੱਚੇ, ਉਹਨਾਂ ਦੇ ਬੱਚੇ ਪੰਜਾਬੀ ਪੜ੍ਹਦੇ ਆ, ਅਤੇ ਜਿਹੜੇ ਬੰਦੇ ਪੰਜਾਬ ਦੀ ਲਹਿਰ ਚਲਾਉਂਦੇ ਰਹੇ, ਪੰਜਾਬੀ ਦੀ ਲਹਿਰ ਚਲਾਉਂਦੇ ਆ, ਉਹ ਹਿੰਦੀ ਅਤੇ ਅੰਗਰੇਜ਼ੀ ਪੜ੍ਹਦੇ। ਸਾਡੇ ਵੀ ਉਹਦੇ ਬੰਦੇ ਮਤਲਬ ਦੇਖਣੇ ਬਈ, ਬੜਾ ਹੁਣ ਉੱਦਾਂ ਗੱਲ ਕਰੀ ਜਾਂਦੇ ਆ ਆਪਾਂ ਜਿੱਦਾਂ ਬੈਠੇ ਹਾਂ, ਅਤੇ ਫੋਨ ਘਰ ਨੂੰ ਰੋਣਾਉਣਾ ਨਿਆਣਿਆਂ ਨੇ, ਖਾਣਾ ਖਾ ਲਿਆ, ਬੱਚੇ ਸੋ ਗਏ, ਉਹ ਯਾਰ ਇਹ ਕੀ ਗੱਲ ਹੋਈ ਵੀ ਤੁਸੀਂ ਹੁਣੇ ਇੱਕਦਮ ਟੈਲੀਫੋਨ 'ਤੇ ਹਿੰਦੀ ਬੋਲਣ ਲੱਗ ਪਿਆ, ਉਹਨੂੰ ਬਾਅਦ ਉਹ ਯਾਰ ਹੁਣ ਕੀ ਕਰੀਏ, ਨਿਆਣੇ ਇੱਦਾਂ ਹੀ ਬੋਲਦੇ ਆ, ਦੱਸੋ ਨਿਆਣੇ ਬੋਲਦੇ ਤਾਂ ਤੁਸੀਂ, ਤੁਹਾਡਾ ਕੰਮ ਹੈ ਉਹਨਾਂ ਨੂੰ, ਉਹਨਾਂ ਨੂੰ ਲਾਓ ਪੰਜਾਬੀ ਸਿੱਖਣ। ਤੁਸੀਂ ਹੈਰਾਨ ਰਹੋਗੇ, ਮੇਰਾ ਇੱਕ ਦੋਸਤ ਪਾਕਿਸਤਾਨੀ ਪੰਜਾਬ ਤੋਂ, ਜਿਹਨੂੰ ਅਸੀਂ ਲਹਿੰਦਾ ਪੰਜਾਬ, ਹਾਂਜੀ ਹਾਂਜੀ ਹਾਂਜੀ, ਅਸੀਂ ਦੋਵੇਂ ਜਣੇ, ਉਹ PhD ਇਕਨੋਮਿਕਸ 'ਚ ਕਰਦਾ ਹੁੰਦਾ ਸੀ, ਮੈਂ ਪੋਲੀਟੀਕਲ ਸਾਇੰਸ ਦੇ ਵਿੱਚ, ਅਤੇ ਉਹਦੀ ਵਾਈਫ ਲਾਹੌਰ ਦੀ ਸੀ, ਤਾਂ ਉਹ ਆਪ ਇੱਕ ਟੋਬਾ ਟੇਕ ਸਿੰਘ ਡਿਸਟ੍ਰਿਕਟ ਆ ਉੱਥੇ, ਹਾਂਜੀ ਹਾਂਜੀ, ਉਹਦੇ ਪਿੰਡ ਦਾ ਸੀ ਇੱਕ ਦਾ ਰਹਿਣ ਵਾਲਾ, ਅਤੇ ਉਹ ਮੇਰੇ ਕੋਲ ਆ ਕੇ ਬੈਠਾ, ਉਹਦੀ ਵਾਈਫ ਨੇ ਉਰਦੂ ਬੋਲਣਾ ਸ਼ੁਰੂ ਕਰ ਦੇਣਾ, ਅੱਛਾ, ਅਤੇ ਉਹ ਬੜਾ ਨਫ਼ਰਤ ਕਰ ਦਿੰਦਾ ਇਸ ਗੱਲ ਨਾਲ, ਉਹ ਕਹਿੰਦਾ ਕਿ ਇਹ ਸਾਡੇ ਜਿਹੜੇ ਸ਼ਹਿਰੀਏ ਲਾਹੌਰੀਏ ਹੈ ਨਾ, ਜਾਂ ਸ਼ਹਿਰਾਂ ਦੇ ਆਮ ਲੋਕ ਰਹਿੰਦੇ ਆ, ਇਹ ਕਹਿੰਦਾ ਪੜ੍ਹਦੇ ਆ ਉੱਥੇ ਕਾਨਵੈਂਟ ਸਕੂਲਾਂ ਦੇ ਵਿੱਚ ਜਿਨ੍ਹਾਂ ਨੂੰ ਅੰਗਰੇਜ਼ੀ ਪੜ੍ਹਦੇ ਆ, ਅਤੇ ਦੂਜੀ ਜ਼ਬਾਨ ਇਹ ਕਹਿੰਦਾ ਉਰਦੂ ਸਿੱਖਦੇ, ਹਾਲਾਂਕਿ ਇਹਨਾਂ ਨੂੰ ਚੱਜ ਨਾਲ ਬੋਲਣੀ ਨਹੀਂ ਆਉਂਦੀ, ਅਤੇ ਉਹ ਸਾਡੇ ਜਿੱਦਾਂ ਹਿੰਦੀ ਵਾਲੀ ਤੁਸੀਂ ਗੱਲ ਸੁਣਾਈ ਨਾ, ਉਹਨਾਂ ਦੇ ਉਰਦੂ ਬੋਲਦੇ ਆ, ਉਹ ਕਹਿੰਦਾ ਕਿ ਇਹਨਾਂ ਨੇ ਇਹ ਸਾਨੂੰ ਦੱਸਦੇ ਆ ਕਿ ਜਿਹੜੀ ਬਾਬਾ ਬੁੱਲੇ ਸ਼ਾਹ ਦੀ ਜ਼ਬਾਨ ਹੈ, ਜਿਹੜੀ ਬਾਬੇ ਨਾਨਕ ਦੀ ਜ਼ਬਾਨ ਹੈ, ਇਹ ਜ਼ਾਹਲਾਂ ਦੀ ਜ਼ਬਾਨ ਹੈ, ਅਨਪੜ੍ਹਾਂ ਦੀ ਜ਼ਬਾਨ ਇਹਨੂੰ ਦੱਸਦੇ ਆ।
ਜਿਹੜੀ ਆਪਣੀ ਬੋਲੀ ਨੂੰ ਆਪਣੀ ਮਾਂ ਦੇ ਪੈਰੀਂ ਹੱਥ ਨਹੀਂ ਲਾਉਂਦੇ ਉਹ ਕਿ ਇਹ ਬੁੱਢੀ ਹੋਈ, ਇਹਦੇ ਕੱਪੜੇ ਹੋਰ ਤਰ੍ਹਾਂ ਦੇ ਆ, ਉਹ ਦੂਜੀ ਉਹ ਫੈਸ਼ਨ ਵਾਲੀ ਮਾਂ ਆ। ਅੰਗਰੇਜ਼ੀ ਵਾਲੇ ਵੀ ਅੱਛਾ ਹਿੰਦੀ ਵਾਲੇ ਰੌਲਾ ਪਾਉਂਦੇ ਆ ਯੂਪੀ ਦੇ ਵਿੱਚ ਕਿ ਸਾਡੀ ਹਿੰਦੀ ਨਹੀਂ ਬੋਲਦੇ, ਅੰਗਰੇਜ਼ੀ ਬੋਲਦੇ ਆ। ਉਹ ਛੋਲੇ ਨਹੀਂ ਕਹਿਣਾ, ਛੋਲੇ ਹੁਣ ਕਹਿਣਾ, ਇਹ ਅਨਪੜ੍ਹਾਂ ਵਾਲੀ ਗੱਲ ਹੈ, ਚਨੇ ਕਹੋ ਤਾਂ ਠੀਕ ਆ। ਛੋਲੇ ਅਤੇ ਚਨੇ ਦਾ ਫਰਕ ਆ ਬਈ। ਮੈਂ ਤਾਂ ਜੀ ਇਹੀ ਗੱਲ ਕਹਿੰਦਾ, ਜਿਹੜਾ ਮਤਲਬ ਜਿੱਦਾਂ ਹੁਣ ਇਹ ਬੰਦੇ ਨੇ ਸ਼ਹੀਦੀ ਦਿੱਤੀ, ਅਸੀਂ ਭੁੱਲ ਗਏ ਉਹਨੂੰ ਜੀ। ਉਹ ਜਿਸ ਕੰਮ ਲਈ ਉਹਨੇ ਸ਼ਹੀਦੀ ਦਿੱਤੀ ਉਹ ਤਾਂ ਅਸੀਂ ਮਗਰੋਂ ਬਿਲਕੁਲ ਹੀ ਗਾਚ ਨਹੀਂ ਫੇਰ ਦਿੱਤੀ ਹੈਗੀ ਆ ਬਈ, ਪੰਜਾਬੀ ਸਕੂਲਾਂ 'ਚ ਬੰਦ ਅਤੇ ਫੇਰ ਕਾਹਦਾ ਪੰਜਾਬੀ ਸੂਬਾ ਜੀ। ਫਿਰ ਦੇਖੋ, ਜੇ ਅਕਲ ਦੀ ਗੱਲ ਤਾਂ ਇਹ ਹੈ ਵੀ ਜਿਹਨਾਂ ਬੰਦਿਆਂ ਨੇ ਸ਼ਹਾਦਤਾਂ ਦਿੱਤੀਆਂ, ਜੇ ਅਸੀਂ ਉਹਨਾਂ ਦੀ ਮਿਸਾਲ ਬਣ ਕੇ ਅੱਗੇ ਤੁਰਨਾ ਜਾਂ ਉਹਨਾਂ ਦੀਆਂ ਗੱਲਾਂ ਸਿੱਖਣੀਆਂ, ਫਿਰ ਜਿਹੜੇ ਲੋਕਾਂ ਨੇ ਉਹ ਬੰਦੇ ਨੂੰ ਮਰਵਾਇਆ ਉਹਨਾਂ ਦੇ ਮਗਰ ਨਾ ਲੱਗੋ। ਇਹ ਉਹ ਬੰਦੇ ਆ ਜਿਹਨਾਂ ਨੇ ਹੁਣ ਪੰਜਾਬੀ ਖਤਮ ਕੀਤੀ ਹੈ, ਇਹਨਾਂ ਨੇ ਫੇਰੂ ਮਾਨ ਵਰਗੇ ਜਿਹੜੇ ਸੱਚੇ ਸੁੱਚੇ ਦੇਸ਼ ਭਗਤ ਸੱਚੇ ਸੁੱਚੇ ਸਿੱਖ ਲੋਕਾਂ ਨੂੰ ਮਰਵਾਇਆ, ਬਲੀ ਦੇ ਦਿੱਤੀ ਜੀ, ਉਹਨਾਂ ਦੀ ਬਲੀ ਦੇ ਕੇ ਆਪ ਕੁਰਸੀਆਂ ਲੈ ਕੇ ਬੈਠੇ ਆ। ਤਾਂ ਉਹ ਕੁਰਸੀਆਂ ਬਸ ਅੰਗਰੇਜ਼ੀ ਵਾਲੀਆਂ ਕੁਰਸੀਆਂ ਆ, ਅੰਗਰੇਜ਼ਾਂ ਵਾਲੀ ਪਹਿਲੀ ਜਾਤ ਨਿਕਲ ਗਈ ਅਤੇ ਹੁਣ ਇਹ ਬਰਾਊਨ ਸਾਹਿਬ ਜਿਹਨਾਂ ਨੂੰ ਅਸੀਂ ਕਹਿੰਦੇ ਉਹ ਆ ਕੇ ਕਾਬਜ਼ ਹੋ ਗਏ। ਅਤੇ ਇਹ ਇਹ ਕੋਈ ਇਹੋ ਜਿਹਾ ਇਹ 'ਚ ਕੋਈ ਕਿਤੇ ਕਿਤੇ ਸੁਧਾਰ ਆਉਣ ਦੀ ਕੋਈ ਮਾੜੀ ਮੋਟੀ ਗੁੰਜਾਇਸ਼ ਹੈਗੀ ਆ ਜੀ? ਮੁੜ ਕੇ ਅਸੀਂ ਫਿਰ ਬੜਾ ਮੋਟਾ ਉੱਧਰ ਨੂੰ ਜਾਵਾਂਗੇ ਅਸੀਂ ਪੰਜਾਬੀ ਵੱਲ ਨੂੰ, ਜਾਂ ਸੂਬਾ ਪੰਜਾਬੀ ਨਾ ਰਹੂਗਾ ਅਤੇ ਪੜ੍ਹਾਂਗੇ ਹਿੰਦੀ? ਕੁਛ ਹੈ ਕੋਈ ਚਾਂਸ ਜੀ? ਦੇਖੋ, ਇਹ ਤਾਂ ਲੋਕਾਂ 'ਤੇ ਨਿਰਭਰ ਕਰਦਾ। ਜਿਹੜੇ ਬੰਦੇ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ, ਜਿਹੜੇ ਬੰਦੇ ਆ ਕੇ ਆਪਣਾ ਨਾਮ ਹੀ ਬਦਲ ਲੈਂਦੇ ਆ, ਤਤਵਿੰਦਰ ਸਿੰਘ ਟੈਰੀ ਬਣਨ ਨੂੰ ਤਿਆਰ ਆ, ਰਜਿੰਦਰ ਸਿੰਘ ਰੋਜਰ ਬਣਨ ਨੂੰ ਤਿਆਰ ਆ, ਉਹ ਤੁਹਾਡਾ ਖਿਆਲ ਹੈ ਬੋਲੀ ਦੇ ਉਹਨਾਂ ਨੂੰ ਸੁੱਝਦੀ ਹੈ? ਉਹਨਾਂ ਨੂੰ ਹਿੰਦੀ ਵੀ ਨਹੀਂ ਚੱਜਣਾ ਆਉਂਦੀ, ਅੰਗਰੇਜ਼ੀ ਵੀ ਨਹੀਂ ਚੱਜਣਾ ਆਉਂਦੀ। ਜੇ ਤੁਸੀਂ ਪੰਜਾਬੀ ਜਾਣਦੇ ਆ, ਹਿੰਦੀ ਜਾਣਦੇ, ਹਿੰਦੀ ਵੀ ਸਿੱਖੋ, ਉਰਦੂ ਵੀ ਸਿੱਖੋ, ਫਰੈਂਚ ਸਿੱਖੋ, ਅੰਗਰੇਜ਼ੀ ਸਿੱਖੋ, ਸਾਰੀਆਂ ਜ਼ਬਾਨਾਂ ਸਿੱਖੋ। ਪਰ ਇੱਦਾਂ ਹੁੰਦਾ ਕਿ ਜੇ ਤੁਸੀਂ ਦੂਸਰੇ ਦੀ ਮਾਂ ਦੇ ਪੈਰੀਂ ਹੱਥ ਲਾਉਣਾ, ਪਹਿਲਾਂ ਆਪਣੀ ਮਾਂ ਦੇ ਪੈਰੀਂ ਹੱਥ ਲਾਉਣਾ ਸਿੱਖੋ। ਨਹੀਂ ਤਾਂ ਜਿਹੜਾ ਆਪਣੀ ਮਾਂ ਦੇ ਲੱਤਾਂ ਮਾਰਦਾ ਨਾ, ਮੇਰੀ ਸਮਝ ਤਾਂ ਉਹ ਕਿਸੇ ਦੀ ਮਾਂ ਦਾ ਸਤਿਕਾਰ ਨਹੀਂ ਕਰ ਸਕਦਾ। ਬਹੁਤ ਸਿਆਣੀ ਵਧੀਆ ਗੱਲ ਕੀਤੀ ਹੈ ਜੀ। ਮੋਰਗੇਜ ਨਵੀਂ ਲੈਣੀ ਹੈ ਜਾਂ ਰੀਨਿਊ ਕਰਾਉਣੀ ਹੈ ਤਾਂ ਅੱਜ ਹੀ ਮਿਲੋ ਕਮਿਊਨਿਟੀ ਦੇ ਮਸ਼ਹੂਰ ਮੋਰਗੇਜ ਬ੍ਰੋਕਰ ਸਰਦਾਰ ਰੂਪ ਸਿੰਘ ਚੰਦੀ ਹੋਰਾਂ ਨੂੰ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਪ੍ਰਾਈਵੇਟ ਮੋਰਗੇਜ ਵਿੱਚ ਬਚਤ ਕਰਨ ਵਾਸਤੇ ਭਰੋਸੇਯੋਗ ਨਾਮ ਸਰਦਾਰ ਰੂਪ ਸਿੰਘ ਚੰਦੀ। ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਅਤੇ ਹੋਮ ਇੰਸ਼ੋਰੈਂਸ ਵੀ ਕਰਦੇ ਹਨ। 604-572-5050 ਸਰਦਾਰ ਰੂਪ ਸਿੰਘ ਚੰਦੀ। AAA ਆਟੋ ਬਾਡੀ ਆਪਣੇ ਭਰਾਵਾਂ ਦੀ ਬਰਨਵੀ ਵਿੱਚ ਵਨ ਆਫ ਦ ਬਿਗੈਸਟ ICBC ਆਥੋਰਾਈਜ਼ਡ ਆਟੋ ਬਾਡੀ ਸ਼ਾਪ, ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ, ਅਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਸ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054। ਦੇ ਕੈਨ ਹੈਂਡਲ ICBC ਕਲੇਮ ਐਂਡ ਇੰਸਪੈਕਸ਼ਨ ਇੰਡੀਪੈਂਡੈਂਟਲੀ। A1 ਵਾਇਰਲੈਸ, ਜੋ ਆਪਣੀ ਕਮਿਊਨਿਟੀ ਵਿੱਚ ਆਪਣੀ ਸੇਵਾਵਾਂ ਲਈ ਜਾਣੇ ਪਹਿਚਾਣੇ ਜਾਂਦੇ ਨੇ, ਜਿਨ੍ਹਾਂ ਕੋਲ ਵਰਜਿਨ ਮੋਬਾਈਲ ਦੇ ਸ਼ਾਨਦਾਰ ਪਲਾਨ ਅਤੇ ਬੈੱਲ ਨੈਟਵਰਕ ਦੀਆਂ ਸੈਟੇਲਾਈਟ ਸਰਵਿਸਿਜ਼ ਤੋਂ ਇਲਾਵਾ ਮੋਬਾਈਲ ਫੋਨ ਦੇ ਪਲਾਨ ਵਿੱਚ ਵੀ ਡੀਲ ਕਰਦੇ ਨੇ। ਇਹਨਾਂ ਕੋਲ ਬੇਸਿਕ ਫੋਨ ਤੋਂ ਲੈ ਕੇ ਸੋਨੀ, ਸੈਮਸੰਗ, HTC ਅਤੇ ਆਈਫੋਨ ਦੇ ਲੇਟੈਸਟ ਫੋਨ ਦੇ ਨਾਲ ਉਹਨਾਂ ਦੀ ਐਕਸੈਸਰੀਜ਼ ਵੀ ਰੱਖਦੇ ਨੇ। ਇਹਨਾਂ ਦੀ ਸਰੀ ਅਤੇ ਐਵਸਫੋਰ ਦੀ ਲੋਕੇਸ਼ਨ 'ਤੇ ਪਹੁੰਚ ਕੇ ਇਹਨਾਂ ਦੀ ਬਿਹਤਰੀਨ ਸਰਵਿਸਿਜ਼ ਦਾ ਫਾਇਦਾ ਉਠਾਓ। ਅੱਜ ਹੀ ਪਹੁੰਚੋ A1 ਵਾਇਰਲੈਸ 'ਤੇ।